सजन तू है सैन तो मैं तुझ ऊपर बहु मानिया तेरी मंजर वाला पाप जुलाई पंध तो रात वाले सब्जेक्ट जोड़ना चाहना बाबा कबीर जी का रात एक सलूक आया सी उनके लफ्ज़ सब निगुसाए कबीर निगुसाए बह गए थांगी नहीं कोई जेड़े बेड़े निखसमे हो मलाई कोई ना हो जे कोई उन्हें बेड़िया आपे ठेल हो मला कोई नहीं बड़ा विस्तार नाल रात स्लोक ते घंटा पर विचार की निगुसाए निखसुए जिन्हां दा गुसाई साई कोई नहीं बह गए रुड़ गए बह गए थांगी नहीं कोई नहीं उन्हां दा मला कोई नहीं
विचार शुरू हुई सी। कुछ नुक्ते विचारन वाले सन कि बेड़े दी लोड क्यों आए, क्योंकि पार जाने जे पार जाने दा ख्याल ही छड़ दे ते फिर बेड़े दी लोड ही कोई नहीं। जे बेड़े दी लोड प्रतीत हुई है तां हुई है क्योंकि मैनू पार जाने जरूरी लफ़ज़ सन पार कोई रिश्ता जरूर जाने ना क्या ते जो आपसी पार साजन अपार प्रीतम। मैं जिस मालिक नू मिलना चाहना वो तो पार रहिंदा है, इसलिए मैनू बेड़े दी तां लोड़ है। फिर मसला सी जे पार रहिंदे ते तैनूं पता है कि उहदा एड्रेस की है, कहिंदे भी पता नहीं इसे नहीं ते मला कहना मला भी ओह होवे जिहड़ा पार मेरे साजन तक मैनूं पहुंचा देवे। कुछ रात वाले ऐसे विचार बड़ा लंबा चौड़ा विषय सी ते जिथे आके आपां खड़ोते सां ओह सी कि बेड़ा ते बेड़े दी लोड़ महसूस होई जिन्ने पार जान दा विचार बनाया ते पार जाना उन्नू तां महसूस होया क्योंकि उसनू ए एहसास होया जिस मालिक नू मिलना है उह पार रहिंदा, संसार दा किनारा छड़ना पैना है, पार रहिंदा है, पार साजन अपार प्रीतम। उस तो अगे फिर जेड़ा मेन सवाल सी वो है कि जदों कोई मला मिल जाए मला कौन है जेड़ा मेरे प्रीतम दा एड्रेस भी जानदा है। कि गुरबाणी में जवाब सी गुर जहाज खेवट गुरु गुरबिन तरिया ना कोई, गुरु बेड़ा भी है ते गुरु मला भी नहीं चाहिए। लफज आए सन कि अनल बेड़ा हो खेव न साको तेरा पार न पाया बीठला, ते अगले पासे लफज सन हो दयाल सतगुर मेल तू मैनू मला दे मोको पार उतारे के सिवा मैनू गुरु मिला जेड़ा मेरे इस जीवन दे बेड़े नू सही दिशा ते ले जा के ठीक किनारे ते जिथे मेरा प्रीतम रहिंदा है जिन्नू मैं मिलना चाहना अपार प्रीतम है उथे तक पहुंचा देवे ओ एड्रेस भी जाने दा हो दया सतगुरु मेल तू मोको पार उतारे के सवा। ਇੱਥੇ ਇੱਕ ਸਵਾਲ ਖੜਾ ਹੋ ਗਿਆ ਸੀ, ਬੇੜਾ ਤਾਂ ਤੇਰੇ ਕੋਲ ਹੈ ਹੀ, ਜ਼ਿੰਦਗੀ ਜੀਵਨ ਇੱਕ ਬੇੜਾ ਹੈ ਤੇ ਮਲਾ ਵੀ ਗੁਰੂ ਦੱਸ ਦਿੱਤਾ ਗਿਆ। ਸਵਾਲ ਇਹ ਖੜਾ ਵੀ ਤੈਨੂੰ ਪਤਾ ਹੈ ਮਲਾ ਜਿੰਦਾ ਮਾਲਿਕ ਹੈ ਮਲਾ ਉਸ ਬੇੜੇ ਵਿੱਚ ਅਸਵਾਰ ਕਿਵੇਂ ਹੋਇਆ ਜਾਂਦਾ ਹੈ, ਉਹਦੀਆਂ ਵੀ ਕੁਝ ਸ਼ਰਤਾਂ ਨੇ। ਗੁਰਬਾਣੀ ਹਰ ਗੱਲ ਦਾ ਜਵਾਬ ਦਿੰਦੀ ਕਿ ਪੱਤਨ ਕੂਕੇ ਪਾਤਨੇ ਪੱਤਨ ਤੇ ਕਿਨਾਰੇ ਤੇ ਖਲੋਤਾ ਪਾਤਨੇ ਮਲਾ ਆਵਾਜ਼ਾਂ ਪਿਆ ਦਿੰਦਾ ਹੈ। ਬੇੜਾ ਤਰਾਪ ਇਲਾਕ ਬੇੜੀ ਤੇ ਛਾਲ ਮਾਰ ਕੇ ਚੜ ਜਾ ਪਾਰ ਪਵੰਦਰੋ ਡਿਠ ਮੈਂ ਸਤਿਗੁਰੂ ਬੇੜੇ ਚਾੜ ਵੀ ਪਤਾ ਲੱਗ ਗਏ। ਹੁਣ ਸਵਾਲ ਇਹ ਹੈ ਕਿ ਸ਼ਰਤ ਕਿਹੜੀ, ਉਹ ਇਹ ਕਿ ਤੈਨੂੰ ਪਤਾ ਹੋਵੇ ਜਿਸ ਵੇਲੇ ਤੂੰ ਬੇੜੇ ਤੇ ਅਸਵਾਰ ਹੋ ਗਿਆ ਪਾਰ ਪਾਉਣ ਲਈ ਫੈਸਲਾ ਕਰ ਲਿਆ
ਵੇੜੇ ਤੇ ਅਸਵਾਰ ਹੋ ਗਿਆ, ਫਿਰ ਤੂੰ ਸਮਝ ਲੈ ਵੀ ਤੇਰੀ ਜਾਨ ਮਾਲ ਸਭ ਕੁਝ ਮਲਾਹ ਦੇ ਹੱਥ ਹੋ ਗਿਆ। ਐਗਜ਼ਾਮਪਲ ਵਜੋਂ ਰਾਤ ਇੱਕ ਗੱਲ ਕਹੀ ਸੀ ਕਿ ਆ ਸੰਸਾਰ ਕਰੂਜ਼ 'ਤੇ ਵੀ ਕੁਛ ਲੋਕ ਜਾਂਦੇ ਨੇ, ਬਹਿਰੀ ਜਹਾਜ਼ 'ਤੇ ਵੀ ਜਾਂਦੇ ਨੇ। ਅਤੇ ਮੈਂ ਅਰਜ਼ ਕੀਤੀ ਸੀ ਉੱਥੇ ਸਿਰਫ ਇੰਨਾ ਕੁ ਅਨਾਊਂਸ ਹੁੰਦੀ ਹੈ ਵੀ ਇਸ ਬੇੜੇ ਦਾ, ਇਸ ਜਹਾਜ਼ ਦਾ ਕੈਪਟਨ ਕੌਣ ਹੈ, ਬਸ। ਮੈਂ ਅਰਜ਼ ਕੀਤੀ ਸੀ ਹਵਾਈ ਜਹਾਜ਼ 'ਤੇ ਵੀ ਜਦੋਂ ਸਫ਼ਰ ਕਰਨੇ ਬੈਠਣ ਤੋਂ ਬਾਅਦ ਇੱਕ ਅਨਾਊਂਸ ਹੁੰਦੀ ਕਿ ਇਸ ਜਹਾਜ਼ ਦਾ ਪਾਇਲਟ ਜਿਹੜਾ ਹੈ ਫਲਾਣਾ, ਬਸ। ਅਤੇ ਮੈਂ ਅਰਜ਼ ਕੀਤੀ ਸੀ ਉਸ ਪਾਇਲਟ ਨੂੰ ਅਸੀਂ ਜਾਣਦੇ ਨਹੀਂ, ਉਸ ਨੂੰ ਦਿਖਾਇਆ ਵੀ ਨਹੀਂ ਜਾਂਦਾ। ਜਦੋਂ ਜਹਾਜ਼ 'ਤੇ ਬੈਠਣੇ ਆ ਪਾਇਲਟ ਦਾ ਨਾਂ ਦੱਸ ਦਿੱਤਾ ਜਾਂਦਾ, ਅਨਾਊਂਸ ਹੋ ਜਾਂਦੀ, ਉਸ ਨੂੰ ਦਿਖਾਇਆ ਨਹੀਂ ਜਾਂਦਾ। ਅਸੀਂ ਆਪਣਾ ਜਾਨ ਉਹਦੇ ਹਵਾਲੇ ਕਰਨੀ ਹੈ, ਉਹਨੂੰ ਲੈ ਕੇ ਜਹਾਜ਼ ਉੱਡਣਾ ਹੈ। ਜੇ ਸਫ਼ਰ ਪਾਇਲਟ ਨਾ ਹੋਵੇ, ਜ਼ਿਆਦਾ ਤਜਰਬਾ ਨਾ ਰੱਖਦਾ ਹੋਵੇ, ਐਕਸਪੀਰੀਅੰਸ ਨਾ ਹੋਵੇ, ਤਾਂ ਅਸੀਂ ਦੇਖਦੇ ਹਾਂ ਅਕਸਰ ਰੋਜ਼ਾਨਾ ਅਨੇਕਾਂ ਵਾਰ ਹਵਾਈ ਹਾਦਸੇ ਵੀ ਹੁੰਦੇ ਨੇ, ਐਕਸੀਡੈਂਟ ਹੁੰਦੇ ਨੇ, ਸੈਂਕੜੇ ਆਦਮੀਆਂ ਦੀਆਂ ਜਾਨਾਂ ਸਾਡੇ ਵੇਖਦੀਆਂ ਵੇਖਦੀਆਂ ਚਲੀਆਂ ਜਾਂਦੀਆਂ ਨੇ। ਸਭ ਕੁਝ ਹੋਣ ਦੇ ਬਾਵਜੂਦ ਕਿ ਬਾਕੀ ਲੋਕ ਹਵਾਈ ਜਹਾਜ਼ 'ਤੇ ਸਫ਼ਰ ਕਰਨਾ ਛੱਡ ਗਏ ਨੇ, ਅੱਜ ਵੀ ਜੋਬ ਟਿਊਟ ਨਹੀਂ ਮਿਲਦੀ, ਹਾਦਸੇ ਵੀ ਹੋਈ ਜਾਂਦੇ ਨੇ। ਲੋਕ ਹਵਾਈ ਜਹਾਜ਼ 'ਤੇ ਸਫ਼ਰ ਕਰਨਾ ਨਹੀਂ ਛੱਡ ਗਏ, ਹੋਈ ਜਾਂਦਾ। ਔਰ ਜਿਸ ਮੁਸਾਫ਼ਰ ਨੇ, ਮੈਂ ਰਾਤ ਅਰਜ਼ ਕੀਤੀ, ਜਿਸ ਮੁਸਾਫ਼ਰ ਨੇ ਜਹਾਜ਼ 'ਤੇ ਬਹਿਣਾ ਸਿਰਫ ਇੰਨਾ ਹੀ ਅਨਾਊਂਸ ਕੀਤਾ ਜਾਣਾ ਕਿ ਫਲਾਣਾ ਕੈਪਟਨ ਤੁਹਾਡਾ, ਫਲਾਣਾ ਪਾਇਲਟ ਤੁਹਾਡੇ ਜਹਾਜ਼ ਦਾ, ਬਸ ਦਿਖਾਇਆ ਨਹੀਂ ਜਾਣਾ, ਤੁਸੀਂ ਉਹਦੇ ਬਾਰੇ ਕੁਛ ਨਹੀਂ ਜਾਣਦੇ, ਨਾ ਤੁਹਾਨੂੰ ਇਹ ਹੱਕ ਹੈ ਕਿ ਆਖੋ ਆਪਣਾ ਪਾਇਲਟ ਫਲਾਈ ਕਰਨ ਦਾ ਜਿਹੜਾ ਲਾਇਸੈਂਸ ਉਹਦੇ ਕੋਲ ਹੈ ਉਹ ਸਾਨੂੰ ਦਿਖਾਵੇ, ਕਿੰਨਾ ਕੁ ਐਕਸਪੀਰੀਅੰਸ ਹੈ ਉਹਨੂੰ, ਕੁਛ ਬਿਲਕੁਲ ਤੁਹਾਡੇ ਕੋਲ ਕੋਈ ਸਵਾਲ ਹੀ ਨਹੀਂ, ਕੋਈ ਕੁਐਸਚਨ ਨਹੀਂ ਕਰ ਸਕਦੇ ਹੁੰਦੇ। ਪਰ ਕਿੱਡੀ ਵੱਡੀ ਕੁਰਬਾਨੀ ਹੈ, ਜਿਹਨੂੰ ਜਾਣਦੇ ਹੀ ਨਹੀਂ, ਜਿਹਨੂੰ ਵੇਖਿਆ ਨਹੀਂ, ਜਿਹਦੇ ਐਕਸਪੀਰੀਅੰਸ ਬਾਰੇ ਸਾਨੂੰ ਪਤਾ ਨਹੀਂ, ਅਸੀਂ ਆਪਣੀ ਜਾਨ ਉਹਦੇ ਹਵਾਲੇ ਕਰ ਦਿੱਤੀ। ਕੱਲ੍ਹ ਵੀ, ਪਰਸੋਂ ਵੀ, ਕੁਛ ਦਿਨ ਹੋਏ, ਮੈਂ ਗੱਲ ਕਰਦਾ ਵੀ ਐਗਜ਼ਾਮਪਲ ਵਜੋਂ ਐਕਸੀਡੈਂਟ ਹੋਏ ਨੇ। ਸਾਨੂੰ ਕੀ ਵਿਸ਼ਵਾਸ ਹੈ ਕਿ ਇਹ ਜਿਸ ਜਹਾਜ਼ 'ਤੇ ਅਸੀਂ ਜਾ ਰਹੇ ਹਾਂ ਸਾਡਾ ਪਾਇਲਟ ਬੜਾ ਐਕਸਪੀਰੀਅੰਸ ਹੈ, ਬੜਾ ਤਜਰਬੇ ਵਾਲਾ ਹੈ, ਅਸੀਂ ਆਪਣੀ ਜਾਨ ਦੇ ਹਵਾਲੇ ਕਰੀਏ। ਰੋਜ਼ ਜਹਾਜ਼ਾਂ 'ਤੇ ਸਫ਼ਰ ਕਰੀਦਾ, ਧਰਤੀ 'ਤੇ ਕੋਈ ਐਕਸੀਡੈਂਟ ਹੋ ਜਾਏ ਤੇ ਕੋਈ ਬਚਾਅ ਹੋ ਸਕਦਾ, ਅਸਮਾਨ 'ਤੇ ਹੋ ਜਾਏ ਕੀ ਕਰੋ, ਐਡੀ ਵੱਡੀ ਰਿਸਕ ਹੈ। ਮਨੁੱਖ ਆਪਣੇ ਜੀਵਨ ਭਰ ਜੀਵਨ ਨੂੰ ਬਚਾਉਂਦਾ ਹੈ, ਬਸ ਜਿੰਨਾ ਕੁ ਵਿਆਡੰਬਰ ਸਭ ਜੀਵਨ ਨੂੰ ਬਚਾ, ਆ ਜਿੰਨੇ ਮੈਡੀਕਲ ਸਿਸਟਮ ਨੇ ਸਾਰੇ ਜੀਵਨ ਨੂੰ ਬਚਾਉਣ ਲਈ ਨੇ, ਹੋਸਪਿਟਲ ਨੇ, ਡਾਕਟਰ ਨੇ ਜੀਵਨ ਨੂੰ ਬਚਾਉਣ ਲਈ ਨੇ। ਅਤੇ ਉਹ ਜਿਹੜਾ ਜੀਵਨ ਦਾ ਮੇਰੇ ਮਨ ਅੰਦਰ ਇੰਨਾ ਪਿਆਰ ਹੈ, ਜਿਹਨੂੰ ਮੈਂ ਜਿਉਣਾ ਚਾਹੁੰਦਾ, ਜੀਵਨੇ ਕੀ ਆਸ ਕਰੇ, ਦਿਨ ਰਾਤ ਜੀਵਨ ਲਈ ਲਾਲਚ ਕਰਦਾ, ਲਾਲਚ ਕਰੇ ਜੀਵਨ ਪਰ ਕਾਰਨ, ਜੀਵਨ ਲਈ ਲਾਲਚ ਕਰਦਾ, ਉਹ ਜੀਵਨ ਜਿਹੜਾ ਇੱਕ ਐਸੇ ਪਾਇਲਟ ਦੇ ਹੱਥ ਦੇ ਰਹੇ ਆ ਜਿਹਨੂੰ ਜਾਣਦਾ ਵੀ ਨਹੀਂ, ਜਿਹਨੂੰ ਦੇਖਿਆ ਵੀ ਨਹੀਂ। ਤੇ ਮੈਂ ਅਰਜ਼ ਕੀਤੀ ਸੀ, ਖਿਆਲ ਕਰਿਓ, ਉਹ ਹੈ, ਇਹਦਾ ਨਾਂ ਹੈ ਵਿਸ਼ਵਾਸ, ਇਹਦਾ ਨਾਂ ਹੈ ਭਰੋਸਾ, ਦ੍ਰਿੜਤਾ। ਜੇ ਅਸੀਂ ਭਰੋਸਾ ਗਵਾ ਬਈਏ, ਅਸੀਂ ਸਫ਼ਰ ਕਰਕੇ ਆਪਣੀ ਮੰਜ਼ਿਲ 'ਤੇ ਪਹੁੰਚ ਜਾਵਾਂਗੇ, ਕਦੀ ਨਾ ਕਰੀਏ ਐਸੇ ਆਦਮੀ ਦੇ ਹਵਾਲੇ ਦੇ ਹੀ ਜਾਣ ਜਿਹਨੂੰ ਜਾਣਦੇ ਹੀ ਨਹੀਂ,
विश्वास है, जिन्हों नहीं जानते उन्हें तो भी विश्वास है, जान हवाले कर दे। लफसन निगसाएं बह गए जेडे निखसमे ने जिन्हों का मला कोई नहीं वो रुड़ गए, उन्हों का कोई थंग ही नहीं, कोई मला नहीं। पासे जो लफज से वो ये कि दीन गरीबी अपनी करता हो सो हो, मेरी तो निम्रता मेरा तो समर्पण यह हुई है भी जो पायलट की मर्जी हो जिथे मर्जी मैं उत्थे बैठ के भी हुक्म बननी चाहिए। रात भी मैं एग्जाम्पल किसी तरह साइन आता है बैल्ट ला लो, एकदम जिथे कोई खड़ा उ अपनी सीट पर आ जाता बैल्ट ला लो, हुक्म है उनके हुक्म च रहने अपनी जानों के हवाले कर दी। मैरिज की हूं मैं उस गल का जवाब श्री गुरु ग्रंथ साहब को मंग रहा, मैरिज की जिन्हों नहीं जान रहे होंगे तो इन्ना भरोसा करी दे जिन्होंने अजे तक वेख्या ही नहीं। इतने भी मसला भरोसे का ही है, जीवन के बेड़े में वो शरीर के बेड़े का मसला है जिहड़ा असीं हवाले करते हैं ना, वो शरीर का बेड़ा है। ते संसार संबंध तार गोबिंदे का मसला वखरा है, संसार भी समुद्र है, इंदे विच भी लहरां उठदी ने, लोग लहर अपनी जर बाजे इंदे विच लहर है। संसार समुद्र तो पार करन दा सवाल जिथे आया है उथे ए आया है, हो दयाल सतगुर मेल तू गुरजहाज खेवट गुरु, हो दयाल सतगुर मेल तू मोको पार उतारे के सवाल। इस संसार समुद्र तो पार करन दा मसला जिहड़ा है वो मेरे गुरु दे हाथ मला वो है। मैं किसी के भी अजीब गल है उस मला उस पायलट के हवाले अस जीवन कर रहे हैं जिन्हों जानते ही नहीं, विश्वास ना रोज कर रहे हैं। ते मैं किसी भाई गुरु नूं तुसीं आख सकते हो असीं नहीं जानते, फिर एवं ही आते हो चाली चाली साल तो, मैं पैंती चाली चाली साल तो आप आ ही रहे हैं, परिक्रमा भी कर रहे हैं, हुक्मनामे भी सुन रहे हैं। अज असी आख दईए कि असी तो गुरु नूं जानते ही नहीं, इसलिए असी जीवन इहदे वाले थोड़ा कर सकने। जिन्हों जानते नहीं उन्हें हवाले करी जाते हो, जिन्हों रोज मत्था टेकते हो, जिन्हें ते यह विश्वास तो रखते हो कि असी जो मंगांगे मिलेगा, किसे भी अरदास कर दे। पर केड़ी अजीब गल है, इन्ना कुछ होने के बावजूद जे साढ़े ते कोई सवाल करे तुसी अपना जीवन गुरु के हवाले कर दे, क्योंकि इत्थे भी तो जीवन हवाले करन दा मसला है लफज। गुरु आखे बैल ला ला इतने बैठा रहो बिंद हुक्म नहीं देते, हुक्म नहीं देते। हालांकि जानते ही नहीं इन बारे से, चाली चाली साल तो मत्था टेक टेक के मत्थे डगन डगन के दुनिया को साबित किया मेरे वर्गा सिख कोई नहीं, पर इनके हवाले जीवन करने लिए तैयार नहीं। लो अज वाला शब्द जेड़ा है उनका जवाब से मैं चाहता सा रात वाले सब्जेक्ट नूं अगे तोर के उनका जवाब भी लभ लईए। गुरु कहन लगे अब हम चलिए
ਸੰਬੰਧ ਅਰਥ ਹੈ ਜਿੱਥੇ ਜਾ ਕੇ ਆਪ ਹੱਥ ਖੜੇ ਕਰ ਦੇਈਏ ਸਾਡੀ ਹੁਣ ਕੋਈ ਮਰਜ਼ੀ ਨਹੀਂ ਆ ਗਿਆ ਕਹਿ ਮੇਰੇ ਮਾਲਕ ਮੈਂ ਤੇਰੇ ਦਰ ਤੇ ਆਇਆ ਤੇ ਹਾਰ ਕੇ ਆਇਆ ਬਸ ਮੇਰੀ ਹੁਣ ਕੋਈ ਮਰਜ਼ੀ ਨਹੀਂ ਤੇ ਉਸੇ ਤਰ੍ਹਾਂ ਸਮਰਪਣ ਹੈ ਜਿਵੇਂ ਕਿਸੇ ਅਣਜਾਣੇ ਪਾਇਲਟ ਦੇ ਸਾਹਮਣੇ ਕਰੇ ਕਰੀਦੇ ਨਾ ਮੈਂ ਤਾਂ ਤੈਨੂੰ ਜਾਣੇ ਨਾ ਤੇਰਾ ਸਿੱਖ ਕੌਣ ਬੜੇ ਮਾਣ ਨਾਲ ਆਖਣਾ ਗੁਰੂ ਸਿੱਖ ਸਿੱਖ ਗੁਰੂ ਹੈ ਤੇਰੀ ਮੇਰੀ ਕੋਈ ਅਭੇਤਾ ਹੈ ਬੜੇ ਮਾਣ ਨਾਲ ਮੈਂ ਹਮੇਸ਼ਾ ਕਹਿਣਾ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਗੁਰੂ ਮੇਰੇ ਨਾਲ ਰਹਿੰਦਾ ਮੈਂ ਕਿਹਾ ਜਾਣਦਾ ਨਹੀਂ ਕਿੱਡੀ ਅਜੀਬ ਗੱਲ ਹੈ ਮੈਂ ਇੱਕ ਵਾਰ ਬਹੁਤ ਦੇਰ ਹੋਈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰੂਫ ਪਹਿਲਾਂ ਉਦੋਂ ਬੜਾ ਨਾਰਾ ਪ੍ਰਚਲਿਤ ਹੋਇਆ ਸੀ 300 ਸਾਲ ਗੁਰੂ ਦੇ ਨਾਲ 300 ਸਾਲ ਗੁਰੂ ਦੇ ਨਾਲ ਬੜਾ ਪ੍ਰਚਲਿਤ ਹੋਇਆ ਸੀ ਤੇ ਮੈਂ ਇੱਕ ਦਿਨ ਸਟੇਜ ਤੇ ਬੋਲਦੇ ਇੱਕ ਗੱਲ ਕਹੀ ਸੀ ਭਰਿਓ 2 ਘੰਟੇ ਕਿਸੇ ਦੇ ਨਾਲ ਬਿਤਾ ਲਓ ਕਿਸੇ ਹਵਾਈ ਜਹਾਜ਼ ਵਿੱਚ ਸਫ਼ਰ ਕਰਕੇ ਕਿਸੇ ਟ੍ਰੇਨ ਵਿੱਚ ਸਫ਼ਰ ਕਰਕੇ ਉਹਦੇ ਨਾਲ ਵਿਚਾਰ ਵਟਾਂਦਰਾ ਹੋ ਜਾਂਦਾ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਆਪਣਾ ਐਡਰੈਸ ਬਦਲ 2-4 ਮਹੀਨੇ ਬਾਅਦ ਜੇ ਫਿਰ ਮੁੜ ਕੇ ਉਹ ਮਿਲੇ ਅਤੇ ਉਹ ਕਹਿੰਦਾ ਭਰਿਆ ਮੈਨੂੰ ਪਛਾਣਨਾ ਤੁਸੀਂ ਪਛਾਣੋ ਹੀ ਨਾ ਅਤੇ ਹੈਰਾਨ ਹੁੰਦਾ ਵੀ ਆਪਾਂ 2 ਘੰਟੇ ਇਕੱਠੇ ਸਫ਼ਰ ਕੀਤਾ ਸੀ ਤੂੰ ਮੈਨੂੰ ਪਛਾਣਦਾ ਹੀ ਨਹੀਂ ਤੇ ਮੈਂ ਕਿਹਾ ਕਿੱਡੀ ਅਜੀਬ ਗੱਲ ਤੁਸੀਂ ਆਪ ਮੰਨ ਰਹੇ ਹੋ 300 ਸਾਲ ਗੁਰੂ ਦੇ ਨਾਲ ਜਿਹਦੇ ਨਾਲ ਤੁਸੀਂ 300 ਸਾਲ ਬਿਤਾਇਆ ਉਹਦਾ ਅਜੇ ਤੁਸੀਂ ਕਿਉਂ ਕਰ ਨਹੀਂ ਜਾਣਦੇ ਜਿਸ ਗੁਰੂ ਦੇ ਨਾਲ ਤੁਸੀਂ 300 ਸਾਲ ਬਿਤਾਉਣ ਦੇ ਨਾਅਰੇ ਲਾਉਂਦੇ ਹੋ 300 ਸਾਲ ਗੁਰੂ ਦੇ ਨਾਲ ਉਹਨੂੰ 300 ਸਾਲ ਦਾ ਪੁਰਬ ਮਨਾਇਆ ਸੀ ਤੇ ਮੈਂ ਕਿਹਾ ਜਿਹਦੇ ਨਾਲ ਦਾਅਵੇ ਕਰਦੇ ਹੋ ਵੀ 300 ਸਾਲ ਗੁਰੂ ਦੇ ਨਾਲ ਉਹਦਾ ਅਜੇ ਮੂਲ ਮੰਤਰ ਨਹੀਂ ਤੁਸੀਂ ਜਾਣਦੇ ਉੱਥੇ ਤਾਂ ਰੱਟਾ ਪਿਆ ਹੋਇਆ ਮੂਲ ਮੰਤਰ ਨਾਨਕ ਹੋ ਸੀ ਵੀ ਸੱਚ ਤੱਕ ਹੈ ਗੁਰਪ੍ਰਸਾਦ ਤੱਕ ਅਜੇ ਤੱਕ ਉਹ ਪਛਾਣ ਕੋਈ ਨਹੀਂ ਕਿੱਡੀ ਅਜੀਬ ਘਟਨਾ ਸਾਨੂੰ ਪਛਾਣ ਕੋਈ ਨਹੀਂ ਨਾ ਰਹਿਣ ਦੀਆਂ ਗੱਲਾਂ ਕਰਨੇ ਇਹੋ ਹਾਲਤ ਸਾਡੀ ਇੱਥੇ ਹੈ ਹੁਣ ਗੁਰੂ ਇਹ ਗੱਲ ਕਹਿੰਦਾ ਵੀ ਮੈਂ ਤੇਰੀ ਸ਼ਰਨ ਆਇਆ ਇੱਥੇ ਅੱਜ ਦਾ ਸ਼ਬਦ ਦਾ ਇੱਕ ਖੁਲਾਸਾ ਕਹਿਣ ਲੱਗੇ ਹੈ ਪ੍ਰਭੂ ਮੈਂ ਠਾਕਰ ਮੈਂ ਹਾਰ ਕੇ ਤੇਰੀ ਸ਼ਰਨ ਹੁਣ ਮੇਰਾ ਕੋਈ ਚਾਰਾ ਨਹੀਂ ਕੋਈ ਮਰਜ਼ੀ ਨਹੀਂ ਜਬ ਹਮ ਸ਼ਰਨ ਪ੍ਰਭੂ ਕੀ ਆਈ ਜਿਵੇਂ ਪਾਇਲਟ ਦੀ ਸ਼ਰਨ ਗਿਆ ਆਪਣੀ ਗੱਲ ਨਹੀਂ ਰਹਿੰਦੀ ਉੱਥੇ ਮੰਨਣੀ ਪੈਂਦੀ ਉਹਨੂੰ ਤਾਂ ਅਸੀਂ ਜਾਣਦੇ ਨਹੀਂ ਇੱਥੇ ਕਹਿੰਦਾ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਇਹੋ ਗੱਲ ਪਾਇਲਟ ਦੇ ਸਾਹਮਣੇ ਹੁੰਦੀ ਹੈ ਨਾ ਭਾਵੇਂ ਸਾਨੂੰ ਪਹੁੰਚਾ ਦੇਵੇ ਭਾਵੇਂ ਰਸਤੇ 'ਚ ਰਹਿ ਜਾਈਏ ਸਾਡੀ ਕੀ ਮਰਜ਼ੀ ਹੈ ਉਹਨੂੰ ਅਸੀਂ ਜਾਣਦੇ ਨਹੀਂ ਇਹਨੂੰ ਅਸੀਂ ਜਾਣਦੇ ਹਾਂ ਜੇ 300 ਸਾਲ ਬਾਅਦ ਵੀ ਅਸੀਂ ਨਹੀਂ ਜਾਣਦੇ ਤੇ ਫਿਰ ਸਾਡੀ ਅਣਗਹਿਲੀ ਕਿਹੜੀ ਅਜੀਬ ਗੱਲ ਹੈ ਸਤਿਗੁਰੂ ਅੱਜ ਦੇ ਇਸ ਸ਼ਬਦ ਰਾਹੀਂ ਰਾਤ ਵਾਲੇ ਸ਼ਬਦ ਦਾ ਜਵਾਬ ਦੇ ਰਹੇ ਨੇ ਕਹਿੰਦੇ ਨੇ ਜਬ ਹਮ ਸ਼ਰਨ ਪ੍ਰਭੂ ਕੀ ਆਈ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਸਮਰਪਣ ਮੈਂ ਬੇੜਾ ਆਪਣੇ ਜੀਵਨ ਦਾ ਤੇਰੇ ਹਵਾਲੇ ਕਰ ਦਿੱਤਾ ਰਾਤ ਵੀ ਲਫ਼ਜ਼ ਆਏ ਸਨ ਉਹਦਾ ਮਤਲਬ ਕਿ ਇਹ ਤਨ ਮਨ ਧਨ ਸਭ ਸੌਂਪ ਗੁਰ ਕੋ ਬਸ ਉਹ ਬੇੜੇ ਵਾਲਾ ਕੰਮ ਹੈ ਉਹ ਹੀ ਜਹਾਜ਼ ਵਾਲਾ ਕੰਮ ਹੈ ਉੱਥੇ ਆਪਣਾ ਆਪ ਸੌਂਪਣਾ ਪੈਂਦਾ ਟਿਕਟ ਖਰੋ ਖਰਚ ਕਰੋ ਮਾਇਆ ਖਰਚ ਕਰੋ ਤੇ ਆਪਣਾ ਆਪ ਵੀ ਸੌਂਪੋ ਉਹਦੇ ਹੁਕਮ ਵਿੱਚ ਵੀ ਰਹੋ ਇੰਨਾ ਵਿਸ਼ਵਾਸ ਹੈ ਪਾਇਲਟ ਦੇ ਤੇ ਕੀਤਾ ਜਾਂਦਾ ਅਣਜਾਣੇ ਪਾਇਲਟ ਤੇ ਜਿਹੜਾ ਗੁਰੂ ਮਿਲਾ ਉਹ ਪੈਸਾ ਵੀ ਨਹੀਂ ਮੰਗਦਾ ਬਿਲਕੁਲ ਕੋਈ ਨਹੀਂ ਕਹਿੰਦਾ ਮੈਨੂੰ ਇੰਨਾ ਕੀਮਤੀ ਰੁਮਾਲਾ ਚੜਾ ਤਾਂ ਤੇਰਾ ਮੇਰਾ ਕੋਈ ਰਿਸ਼ਤਾ ਇਹਨੇ ਦਕੜਾ ਪ੍ਰਸ਼ਾਦ ਕਰਾਇਆ ਸਾਡੀਆਂ ਆਪਣੀਆਂ ਬਣਾਈਆਂ ਹੋਈਆਂ ਤਰਕੀਬਾਂ ਗੁਰੂ ਤਾਂ ਕੁਝ ਮੰਗਦਾ ਹੀ ਨਹੀਂ ਉੱਥੇ ਟਿਕਟ ਲੈਣੀ ਪੈਂਦੀ ਇੱਥੇ ਕੋਈ ਟਿਕਟ ਇੱਥੇ ਤਾਂ ਹੈ ਹੀ ਟਿਕਟ ਮਨ ਦੇ ਰਾਮ ਲਈ ਹੈ ਮੋੜ
ਇਹਦੀ ਤਾਂ ਕੀਮਤ ਹੋਵੇ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਉਹ ਤਨ ਮਨ ਧਨ ਜਿਹੜਾ ਉਹ ਉੱਥੇ ਤੇ ਸੌਂਪ ਰਹੇ ਹੈ ਧਨ ਦੇ ਨਾਲ ਟਿਕਟ ਲਈ ਹੈ ਤਨ ਮਨ ਦੇ ਆਪਣੀ ਸੋਚ ਤੇ ਉੱਥੇ ਚੱਲਦੀ ਨਹੀਂ ਤਨ ਤੂੰ ਹਵਾਲੇ ਕਰ ਦਿੱਤਾ ਹੈ ਐਸੇ ਪਾਇਲਟ ਤੇ ਵਿਸ਼ਵਾਸ ਕਰ ਲਿਆ ਜਿਹਨੂੰ ਤੂੰ ਜਾਣਦੇ ਉਹ ਸ਼ਬਦ ਇੱਥੇ ਰੋਜ਼ ਪੜ੍ਹ ਰਹੇ ਹੈ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਸਤਿਗੁਰੂ ਇਹੋ ਗੱਲ ਬਾਣੀ ਵਿੱਚ ਕਹਿੰਦੇ ਨੇ ਹੇ ਪ੍ਰਭੂ ਮੈਂ ਤੇਰੀ ਸ਼ਰਨ ਆਇਆ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਜੇ ਮੈਂ ਤੇਰੇ ਵੱਲੋਂ ਮੂੰਹ ਮੋੜਾ ਲੋਕ ਮੈਨੂੰ ਚੰਗਾ ਆਖਣ ਮੰਦਾ ਆਖਣ ਮੈਂ ਤੇਰਾ ਦਰ ਛੱਡ ਕੇ ਕਿਤੇ ਨਹੀਂ ਜਾਣ ਜੋਗਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ ਕਹਿਣ ਲੱਗੇ ਕਿਸੇ ਨੂੰ ਨਹੀਂ ਜਾਣ ਲੈ ਨਾ ਤੂੰ ਤੈਨੂੰ ਜਾਣਨਾ ਆਓ ਹਰ ਬਿਨ ਅਵਰ ਨਾ ਜਾਣਨਾ ਮੈਂ ਤੇਰੇ ਤੋਂ ਬਿਨਾਂ ਕਿਸੇ ਨੂੰ ਨਹੀਂ ਜਾਣਦਾ ਇਹਦਾ ਮਤਲਬ ਤੈਨੂੰ ਜਾਣਨਾ ਕੌੜੀ ਸੱਚਾਈ ਆਪਣੇ ਅੰਦਰ ਝਾਤ ਮਾਰੀਏ ਅਸੀਂ ਇੱਕ ਰੱਬ ਨੂੰ ਨਹੀਂ ਜਾਣਦੇ ਇੱਕ ਗੁਰੂ ਨੂੰ ਨਹੀਂ ਜਾਣਦੇ ਬਾਕੀ ਸਭ ਨੂੰ ਜਾਣਦੇ ਹਾਂ ਡੇਰਿਆਂ ਦਾ ਐਡਰੈਸ ਪੁੱਛ ਲਓ ਸਾਧਾਂ ਦੇ ਸੰਪਰਦਾਵਾਂ ਦੇ ਐਡਰੈਸ ਪੁੱਛ ਲਓ ਪ੍ਰਚਾਰਕਾਂ ਦੇ ਕੀਰਤਨੀਆਂ ਦੇ ਪੋਤਰੀਆਂ ਚੱਲਣ ਵਾਲੇ ਸਭ ਦੇ ਪੁੱਛ ਲਓ ਸਭ ਨੂੰ ਪਤਾ ਇੱਕ ਹਰੀ ਦਾ ਐਡਰੈਸ ਸਾਡੇ ਕੋਲ ਕੋਈ ਨਹੀਂ ਕਿਉਂਕਿ ਉਹਦੇ ਨਾਲ ਸਾਡੀ ਸਾਂਝ ਕੋਈ ਗੁਰੂ ਨੇ ਬਾਣੀ ਵਿੱਚ ਐਵੇਂ ਹਰ ਗੱਲ ਦਾ ਜਵਾਬ ਦਿੱਤਾ ਹੈ ਗੁਰੂ ਕਹਿੰਦੇ ਦੁਨੀਆਂ ਦਾ ਹਰ ਚੀਜ਼ ਦਾ ਸਮਾਨ ਜਿਹੜਾ ਹੈ ਉਹ ਮੇਰਾ ਹੈ ਜੇ ਕੋਈ ਆਖੇ ਰੱਬ ਤੇਰਾ ਕਹਿਣ ਲੱਗਣ ਨਹੀਂ ਮੈਨੂੰ ਮੈਂ ਉਹਦੇ ਨਾਲ ਕੋਈ ਸਰੋਕਾਰ ਨਹੀਂ ਬਣੀ ਆਪਣੀ ਸਭ ਕੁਛ ਆਪਣਾ ਜਿਹੜਾ ਪਰਾਇਆ ਉਹਨੂੰ ਮੈਂ ਕੀ ਕਰਨਾ ਲੈ ਇਸੇ ਲਈ ਹੁੰਦਾ ਐਡਰੈਸ ਕੋਈ ਕਿਸੇ ਨੂੰ ਯਾਦ ਨਹੀਂ ਕੋਈ ਹੁਣ ਪਾਰ ਦੀ ਗੱਲ ਵੀ ਕਰਦਾ ਤੇ ਪਤਾ ਨਹੀਂ ਪਾਰ ਕੌਣ ਰਹਿੰਦਾ ਅਸੀਂ ਗੱਲਾਂ ਤਾਂ ਰੋਜ਼ ਕਰਨੇ ਰੱਬ ਦੀਆਂ ਗੱਲਾਂ ਕਰਨ ਆਈਦਾ ਇੱਥੇ ਗੁਰੂ ਦੀਆਂ ਗੱਲਾਂ ਕਰਨ ਲਈ ਇਕੱਠੇ ਹੁੰਦੇ ਹਾਂ ਪਰ ਗੱਲਾਂ ਤੱਕ ਹੀ ਸੀਮਤ ਹਨ ਅਸੀਂ ਕੁਝ ਗੱਲਾਂ ਕਰਨ ਵਾਲੇ ਮੇਰੇ ਵਰਗੇ ਇਕੱਠੇ ਹੁੰਦੇ ਨੇ ਕੋਈ ਗੱਲਾਂ ਸੁਣਨ ਵਾਲੇ ਇਕੱਠੇ ਹੁੰਦੇ ਗੱਲਾਂ ਕਰਕੇ ਸੁਣ ਕੇ ਚਲੇ ਜਾਈਦਾ ਅੱਗੇ ਅਵਸਥਾ ਉੱਥੇ ਦੀ ਉੱਥੇ ਖੜੀ ਰਹਿੰਦੀ ਕਿਉਂ ਕਿਉਂਕਿ ਸਾਂਝ ਨਹੀਂ ਪੈਦਾ ਹੋ ਰਿਹਾ ਸਾਂਝ ਪੈਦਾ ਹੁੰਦੀ ਹੈ ਜਿਸ ਦਿਨ ਉਹਦੇ ਨਾਲ ਗੁਣਾਂ ਦੀ ਸਾਂਝ ਹੋ ਜਾਏ ਗੁਰੂ ਨੇ ਵਾਰ ਵਾਰ ਕਿਉਂ ਆਖਿਆ ਸਾਂਝ ਕਰੀ ਜੈ ਗੁਣਾ ਕੇ ਜਿਸ ਦਿਨ ਉਹਦੇ ਗੁਣ ਸਾਨੂੰ ਚੰਗੇ ਲੱਗਣ ਲੱਗ ਪੈਣਗੇ ਸਮਝੋ ਕੀਮਤ ਅਦਾ ਹੋ ਜਾਏਗੀ ਉਹਦੇ ਗੁਣ ਹੀ ਉਹਦਾ ਹੁਕਮ ਨੇ ਉਹਨੂੰ ਮੰਨਣਾ ਪੈਗਾ ਜਿਵੇਂ ਪਾਇਲਟ ਦਾ ਹੁਕਮ ਮੰਨਣੇ ਆ ਨਾ ਅਸੀਂ ਜਹਾਜ਼ ਵਿੱਚ ਬੈਠੇ ਹੋਏ ਇਸ ਤਰ੍ਹਾਂ ਅਸੀਂ ਗੁਰੂ ਦਾ ਹੁਕਮ ਨਹੀਂ ਮੰਨਦੇ ਉਹਨੂੰ ਅਸੀਂ ਜਾਣਦੇ ਨਹੀਂ ਇਹਨੂੰ ਰੋਜ਼ ਮੱਥੇ ਟੇਕੀ ਦੇਣੇ ਆ ਫਰਕ ਹੈ ਤੇ ਗੁਰੂ ਨੇ ਇਹੋ ਜਵਾਬ ਦਿੱਤਾ ਹੈ ਕਹਿੰਦੇ ਨੇ ਲੋਕ
ਅਸੀਂ ਉਹਨਾਂ ਤੱਕ ਕੰਮ ਕਰਨਾ ਚਾਹੁੰਦੇ ਹਾਂ ਰੱਬ ਦੇ ਪ੍ਰਭੂ ਦੇ ਗੁਰੂ ਦੇ ਰਾਹ 'ਤੇ ਵੀ ਜਿਹਦੇ ਨਾਲ ਲੋਕ ਸਾਡੀ ਉਪਮਾ ਕਰਨ। ਹੁਣੇ ਉੱਪਰ ਬੈਠੇ ਗੱਲ ਚੱਲ ਰਹੀ ਸੀ, ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ 'ਤੇ ਸੋਨਾ ਸੋਨੇ ਦੀ ਸੇਵਾ ਕਰਾਈ। ਕਿੰਨੇ ਵਾਰੇ ਬੀਤ ਗਏ ਨੇ, ਕਿੰਨੀਆਂ ਸਦੀਆਂ ਬੀਤ ਗਈਆਂ ਨੇ, ਚੜਾਈ ਕਰਾਈ ਸਧਾਰਨ ਜੀ ਰੋਜ਼ਾਨਾ ਜੀਵਨ ਦੀ ਐਗਜ਼ਾਮਪਲ ਹੈ। ਉਹਨੇ ਉੱਪਰ ਗੱਲ ਚੱਲੀ ਸੀ, ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦੀ ਸੇਵਾ ਕਰਾਈ ਦਰਬਾਰ ਸਾਹਿਬ। ਇਸ ਤੋਂ ਪਹਿਲਾਂ ਵੀ ਦਰਬਾਰ ਸਾਹਿਬ ਤਾਂ ਸੀ ਨਾ, ਗੁਰੂ ਅਰਜਨ ਪਾਤਸ਼ਾਹ ਜੀ ਨੇ ਜਿਹੜੀ ਇਮਾਰਤ ਬਣਾਈ, ਮੈਂ ਕਰਜ਼ ਕੀਤੀ ਸੀ, ਉਹ ਇਮਾਰਤ ਤਾਂ ਠੀਕ ਸਾਡੇ ਕੋਲ ਨਹੀਂ, ਦੁਰਾਨੀ ਨੇ ਆ ਕੇ ਢਾ ਦਿੱਤੀ। ਉਸ ਤੋਂ ਬਾਅਦ ਜੱਸਾ ਸਿੰਘ ਆਹਲੂਵਾਲੀਆ ਕੋਲੋਂ ਨਹੀਂ ਰਖਾ ਕੇ, 3 ਸਾਲ ਦਰਮਿਆਨ ਵਿੱਚ ਕੋਈ ਦਰਬਾਰ ਸਾਹਿਬ ਦੀ ਇਮਾਰਤ ਨਹੀਂ ਰਹੀ। ਉਸ ਤੋਂ ਬਾਅਦ ਜੱਸਾ ਸਿੰਘ ਆਹਲੂਵਾਲੀਆ ਨੇ ਕੋਲੋਂ ਨਹੀਂ ਰਖਾ ਕੇ ਭਾਈ ਦੇਸੇ ਦੇ ਦੇਸਾਰਾਮ ਦੇ ਅਗਵਾਈ ਵਿੱਚ ਇਹ ਦੁਬਾਰਾ ਦਰਬਾਰ ਸਾਹਿਬ ਦਾ ਦੀ ਉਸਾਰੀ ਹੋਈ। ਉਸ ਉਸਾਰੀ 'ਤੇ ਮਹਾਰਾਜਾ ਰਣਜੀਤ ਸਿੰਘ ਨੇ ਆ ਕੇ ਸੋਨੇ ਦੀ ਸੇਵਾ ਕਰਾਈ। ਹੁਣ ਅਜੀਬ ਗੱਲ ਹੈ, ਉਸ ਸੋਨੇ ਦੀ ਸੇਵਾ ਨੂੰ 250 ਸਾਲ ਗੁਜ਼ਰ ਗਏ, 18th-19th century ਦੇ ਆਰੰਭ ਹੋਈ, 250 ਸਾਲ ਗੁਜ਼ਰ ਗਏ, ਪਰ ਅਜੇ ਤੱਕ ਪੱਤਰਾ ਤਾਂ ਉੱਥੇ ਲੱਗਾ ਹੋਇਆ ਨਾ, ਸੇਵਾ ਕੀ ਕਰਾਈ। ਅਸੀਂ ਕਹਿੰਦੇ ਹਾਂ ਨਾ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦੀ ਸੇਵਾ ਕਰਾਈ, ਇੱਡੀ ਅਜੀਬ ਗੱਲ ਹੈ। ਕੋਈ ਗਰੀਬ ਸੋਨੇ ਦੀ ਸੇਵਾ ਨਾ ਕਰਾ ਸਕਦਾ, ਇੰਨਾ ਵੱਡਾ ਕੰਮ ਨਾ ਕਰੇ, ਉਹਨੂੰ ਕੋਈ ਨਹੀਂ ਜਾਣਦਾ। ਹਜ਼ਾਰਾਂ ਹੀ ਲੋਕ ਰੋਜ਼ ਜਾਂਦੇ ਨੇ ਮੱਥਾ ਟੇਕਣ ਵਾਲੇ, ਅਤੇ ਕੌੜੀ ਸੱਚਾਈ, ਹਜ਼ਾਰਾਂ ਲੋਕ ਜਾਂਦੇ ਨੇ। ਪਰ ਜਿਹੜਾ 1 ਅਰਬ ਤੋਂ ਉੱਪਰ ਦਾ ਬਜਟ ਹੈ, ਕੋਈ ਉਹਨੇ ਥੋੜ੍ਹਾ ਪੈਦਾ ਹੋ ਜਾਂਦਾ। ਗਰੀਬ ਸਿੱਖ ਕਿਰਤੀ ਇੱਥੇ ਵੀ ਫੈਕਟਰੀਆਂ ਵਿੱਚ ਸੁਆਹ ਚਾੜ ਕੇ ਔਖੇ ਹੋ ਕੇ ਦਿਨ ਰਾਤ ਮੁਸ਼ੱਕਤ ਕਰਕੇ ਪੈਸਾ ਕਮਾਉਂਦੇ ਨੇ, ਅਤੇ ਉਸ ਕਮਾਈ ਵਿੱਚੋਂ ਉਹ ਦਸਵੰਧ ਦੇ ਰੂਪ ਵਿੱਚ ਉੱਥੇ ਕਈ ਲੋਕ ਭੇਜਦੇ ਨੇ, ਕਈ ਵਾਰੀ ਜਦੋਂ ਜਾਂਦੇ ਨੇ ਉਦੋਂ ਮਸ਼ਕਾ। ਐਵੇਂ ਤਾਂ 1 ਅਰਬ ਦਾ ਬਜਟ ਨਹੀਂ ਬਣਿਆ, ਬਾਕੀ ਇਸ ਵੇਲੇ 1.5 ਅਰਬ ਦੇ, 1.25 ਅਰਬ ਦੇ ਕਰੀਬ ਦਾ ਬਜਟ ਹੈ ਜਿਹੜਾ ਵਾਈਟ ਹੈ। ਐਵੇਂ ਤਾਂ ਨਹੀਂ ਨਾ ਬਣਿਆ, ਉਹਨਾਂ ਨੂੰ ਕੁਝ ਜਾਣਦਾ ਦੱਸੋ। ਮਹਾਰਾਜਾ ਰਣਜੀਤ ਸਿੰਘ ਦਾ ਨਾਂ ਹੈ, ਉਹਨੇ ਸੇਵਾ ਕਰਾਈ। ਉਹ ਜਿਹੜੇ 1.25 ਅਰਬ ਦਾ ਬਜਟ ਹਰ ਸਾਲ ਪੈਦਾ ਕਰਦੇ ਨੇ, ਉਹਨਾਂ ਨੂੰ ਕੁਝ ਜਾਣਦਾ? ਗਰੀਬ ਸਿੱਖ ਨੇ, ਇਹਦਾ ਮਤਲਬ ਨਤੀਜਾ ਇਹ ਨਿਕਲਦਾ ਹੈ ਕਿ ਵੱਡੀ ਸੇਵਾ ਲਿਮਿਟ, ਸਾਡੀ ਲਿਮਿਟ ਤੋਂ, ਸਾਡੀ ਗੁੰਜਾਇਸ਼ ਤੋਂ ਵੱਡੀ ਸੇਵਾ ਜਿਹੜੀ ਹੈ ਉਹ ਨਾ ਪੈਦਾ ਕਰਦੀ ਹੈ। ਮੇਰਾ ਮਤਲਬ ਇਹ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਨਹੀਂ ਕਰਾਈ ਜਾਂ ਨਾ ਨਾ ਲਓ, ਲੇਕਿਨ ਨਾ ਲੈਂਦੇ ਹੋ ਨਾ, ਕਿਉਂ ਲੈਂਦੇ ਹੋ? ਸੋਨੇ ਦੀ ਸੇਵਾ ਕਰਾਈ। ਗਰੀਬ ਸਿੱਖ ਹਜ਼ਾਰਾਂ ਦੀ ਤਾਦਾਦ ਵਿੱਚ ਮਿਲ ਕੇ ਰੋਜ਼ ਅਰਬਾਂ ਰੁਪਏ ਉੱਥੇ ਭੇਟ ਕਰ ਰਹੇ ਨੇ, ਕੋਈ ਨਾ ਨਹੀਂ। ਕਾਰਨ ਕੀ? ਕਿਉਂਕਿ ਮਨੁੱਖ ਦੀ ਸੇਵਾ ਦਾ ਵੀ ਇੱਕ ਮਿਆਰ ਹੋ ਗਿਆ, ਜਿੱਥੇ ਜਾ ਕੇ ਉਪਮਾ ਮਿਲਦੀ, ਉਹ 250 ਸਾਲ ਬਾਅਦ ਵੀ ਹੋ ਜਾਂਦੀ ਹੈ। ਪਰ ਗੁਰੂ ਕਹਿੰਦੇ ਨਹੀਂ, ਕਹਿਣ ਲੱਗੇ ਮੈਨੂੰ ਕਿਸੇ ਦੀ ਉਪਮਾ ਚਤਰਾਈ ਵਾਸਤੇ ਤੇਰਾ ਬਣਨ ਦੀ ਲੋੜ ਨਹੀਂ, ਕੋਈ ਤੇਰਾ ਸੇਵਕ ਬਣੇ ਇਸ ਖਿਆਲ ਨਾਲ ਕਿ ਮੇਰੀ ਉਪਮਾ ਹੋਏਗੀ ਮੈਂ ਕਰ ਸਕਣਾ। ਕਹਿਣ ਲੱਗੇ ਨਹੀਂ, ਤੇ ਬਸੰਤਰ ਜਾਣ, ਮੈਂ ਤਾਂ ਅੱਗ ਵਿੱਚ ਸਾੜਦੇ ਹਾਂ ਇਹੋ ਜਿਹੀਆਂ ਉਪਮਾ ਅਤੇ ਇਹੋ ਜਿਹੀਆਂ ਵਡਿਆਈਆਂ ਨੂੰ। ਗੁਰੂ ਕਹਿ ਰਿਹਾ ਲੋਕਾਂ ਕੀ ਚਤਰਾਈ ਉਪਮਾ ਅਤੇ ਬਸੰਤਰ ਜਾਣ। ਕੋਈ ਭਲਾ ਕਹੋ, ਭਾਵੇਂ ਮੈਂ ਤਾਂ ਆਪਣਾ ਤਨ ਮਨ ਭੇਟ ਕੀਤਾ ਹੈ,
मैं किसी दौलत दे सहारे तैनूं नहीं खरीदना चाहता, तेरे नाल रिश्ता नहीं पाना चाहता। मैं तो रिश्ता बनाया है तन मन धन सब सौंप गुरु को हुकम मन्ने है भाई। असल रिश्ता इउं बनता है जिथे तुसी तन मन धन समर्पण करते हो, जिवें किसी अनजाने पायलट दे कर दे सामने समर्पण करते हो। इस तरह असी जिन्हों जानने हैं, जिंदे नाल 300 साल का दावा करने हैं, उन्हें समर्पण करके वेखो। गुरु कहते हैं जीवन की सफलता लाजमी सुरक्षित हो जाती है। गुरु कहते हैं मैं इसलिए तेरी शरण आया ते अपना जीवन तेरे हवाले किया। उन इस जीवन नू जिवें मर्जी वरत लै, भावे रख लै भावे मार दे, मेरा कुछ नहीं। जे मैं पायलट दे हवाले कर सकना, तेरे क्यों नहीं कर सकना। गुरु कह समर्पण हो जाने तो गुरु दे समर्पण क्यों नहीं होंगे। इन्हू जानते नहीं, तो असं जानते ही नहीं, इन जानते नहीं, इतने समर्पण नहीं होंगे। गल तो समर्पण की है, जो समर्पण हो जाइए फिर थां थां भी भटकना खत्म हो जाती है। मैं एक बार एग्जाम्पल दिती, क्या जमीन बेचते हो ना, जमीन दो तीन ढंग जाने। एक होंगी है किसी गहने देने, गहने दे विच तुहाडे कोल एक गुंजाइश होंगी कि जिन्ना पैसा तुसी लिया है जे वो वापस कर दे ते गहने तरिया होया मकान जमीन छुड़ा सकते हो, जिन्हों आप कहने रहन दिती हुई है। एक है किराए ते देनी, वह तो जो मर्जी छुड़ा सकते हो। एक है गहने देनी, वह सारे जानते हो। गहने देने का मतलब यह है कोई जमीन ते किसी मकान ते तुसी जिन्ना कर्ज उन्दे कोलों लिया है जदों मर्जी तुहाडा दिल चाहे वो लिखा जाता है कि जे मैं वापस कर दिया तो मेरा मकान मेरी जमीन वापस हो जाएगी।
ਉਹਨੂੰ ਕਹਿੰਦੇ ਨੇ ਕਹਿਣ ਅਤੇ ਮੈਂ ਕੀ ਤੁਸੀਂ ਇੱਕ ਹੋਰ ਹੈ ਉਹਨੂੰ ਕਹਿੰਦੇ ਨੇ ਬੈ ਦੇਣੀ ਬੈ ਵੇਚਣੀ ਪੰਜਾਬ ਦੇ ਸਾਰੇ ਲਫ਼ਜ਼ ਬੈ ਕਰਨੇ ਅਤੇ ਬੈ ਕਰਨ ਜਿਹੜੇ ਬੈ ਨਵੀਸ਼ ਜਿਹੜੇ ਰਜ਼ੀ ਨਵੀਸ਼ ਲਿਖਦੇ ਨੇ ਨਾ ਬੈਨਾਵੇਂ ਹੋ ਸਕਦਾ ਕੁਝ ਵੀਰਾਂ ਨੇ ਕਦੀ ਉੱਥੇ ਜੇ ਜ਼ਮੀਨਾਂ ਤਾਂ ਖਰੀਦਾਂ ਵੇਚਦੇ ਚਲਦੇ ਬੈਨਾਵਾ ਲਿਖਣ ਵਾਲਾ ਇੱਕ ਗੱਲ ਹੋਰ ਆਖਦਾ ਕਦੀ ਕਦੇ ਤੁਸੀਂ ਬੈਨਾਵੇਂ ਪੜ੍ਹੋ ਉਹ ਕਹਿੰਦਾ ਮੈਂ ਆਪਣੀ ਹੋਸ਼ੋ ਹਵਾਸ਼ ਨਾਲ ਇਹ ਲਫ਼ਜ਼ ਉੱਥੇ ਲਿਖਿਆ ਹੁੰਦਾ ਮੈਨੂੰ ਸੁਭਾਅ ਹਰ ਗੱਲ ਨੂੰ ਦੇਖਣਾ ਉੱਥੇ ਲਫ਼ਜ਼ ਲਿਖਿਆ ਹੁੰਦਾ ਮੈਂ ਆਪਣੀ ਹੋਸ਼ੋ ਹਵਾਸ਼ ਨਾਲ ਆਪਣੀ ਇਹ ਜ਼ਮੀਨ ਜਾਂ ਇਹ ਮਕਾਨ ਬੈ ਕਰ ਰਿਹਾ ਆਪਣੇ ਸਾਰੇ ਹੱਕ ਇਹਨੂੰ ਸੌਂਪ ਰਿਹਾ ਦੇ ਰਿਹਾ ਹੁਣ ਮੇਰਾ ਇਹਦੇ 'ਤੇ ਕੋਈ ਹੱਕ ਨਹੀਂ ਲਿਖਦਾ ਨਾ ਬੈਨਾਵਾ ਪੜ੍ਹ ਕੇ ਦੇਖ ਲਿਓ ਹੋਸ਼ੋ ਹਵਾਸ਼ ਦਾ ਕੀ ਮਤਲਬ ਕਿ ਅਣਜਾਣੇ ਨਹੀਂ ਕਿਉਂਕਿ ਹੋਸ਼ ਹਵਾਸ਼ ਖੋਜ ਮੈਂ ਤਾਂ ਅਣਜਾਣਾ ਹੋ ਗਿਆ ਨਾ ਵੀ ਮੈਂ ਨਹੀਂ ਜਾਣਦਾ ਵੀ ਕੀ ਕੰਮ ਕੀਤਾ ਨਹੀਂ ਹੋਸ਼ੋ ਹਵਾਸ਼ ਦਾ ਮਤਲਬ ਜਾਣ ਕੇ ਹੋਸ਼ੋ ਹਵਾਸ਼ ਨਾਲ ਅਣਜਾਣੇ ਨਹੀਂ ਹੁਣ ਦੇਖਿਓ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਣਜਾਣੇ ਪੜ੍ਹ ਰਹੇ ਹਾਂ ਕਿ ਜਾਣ ਕੇ ਪੜ੍ਹ ਰਹੇ ਹਾਂ ਅਸੀਂ ਅੰਮ੍ਰਿਤ ਅਣਜਾਣੇ ਛੱਕ ਰਹੇ ਹਾਂ ਕਿ ਜਾਣ ਕੇ ਛੱਕ ਰਹੇ ਹਾਂ ਇਹਦੇ ਵਿੱਚ ਕੀ ਹੈ ਅਸੀਂ ਨਿਤਨੇਮ ਅਣਜਾਣੇ ਪੜ੍ਹ ਰਹੇ ਹਾਂ ਕਿ ਜਾਣ ਕੇ ਪੜ੍ਹ ਰਹੇ ਹਾਂ ਇਹਦੇ ਵਿੱਚ ਕੀ ਪੜ੍ਹਾਇਆ ਜਾ ਰਿਹਾ ਗੱਲ ਤਾਂ ਸਾਰੀ ਜਾਣ ਕੇ ਉੱਥੇ ਲਿਖਿਆ ਹੁੰਦਾ ਜਾਣੇ ਜਾਣ ਕੇ ਹੋਸ਼ੋ ਵਾਸ਼ਨਾ ਸਾਰੇ ਹੱਕ ਦੇ ਦੇਣੇ ਬੈ ਦਾ ਅਰਥ ਹੈ ਜਿਹਨੂੰ ਤੁਸੀਂ ਮੁੜ ਕੇ ਵਾਪਸ ਨਹੀਂ ਲੈ ਸਕਦੇ ਪੈਸਾ ਦੇ ਕੇ ਇਹ ਸਾਰੇ ਜਾਣਦੇ ਨੇ ਪੱਕਾ ਜਿਹਦਾ ਖਰੀਦਦਾਰ ਹੈ ਉਹਦਾ ਹੋ ਗਿਆ ਹੁਣ ਸਾਰੇ ਹੱਕ ਉਹਦੇ ਕੋਲ ਚਲੇ ਗਏ ਅਤੇ ਗੁਰੂ ਨੇ ਬਾਣੀ ਵਿੱਚ ਲਫ਼ਜ਼ ਬੈ ਵਰਤ ਦਿੱਤਾ ਗੁਰੂ ਨੇ ਬਾਣੀ ਦੀ ਸ਼ਬਦਾਵਲੀ ਵਰਤਣ ਲੱਗਿਆ ਬਹੁਤ ਡੂੰਘਾਈ ਵਿੱਚ ਗਏ ਨੇ ਗੁਰਬਾਣੀ ਦਾ ਇੱਕ ਲਫ਼ਜ਼ ਹੈ ਸਤਿਗੁਰੂ ਕਹਿੰਦੇ ਨੇ ਮੈਂ ਬੰਦਾ ਬੈ ਖਰੀਦ ਸਭ ਸਾਹਿਬ ਮੇਰਾ ਮੈਂ ਤੇਰੇ ਅੱਗੇ ਬੈ ਖਰੀਦ ਹੈ ਤੂੰ ਮੇਰਾ ਬੈ ਖਰੀਦ ਹੈ ਤੂੰ ਮੇਰੇ ਕੋਲੋਂ ਮੇਰਾ ਆਪਣਾ ਆਪ ਤੇਰੇ ਸਮਰਪਣ ਹੈ ਸਾਰੇ ਹੱਕ ਮੈਂ ਆਪਣੇ ਛੱਡ ਚੁੱਕਾਂ ਜਿਉਂ ਬੁਲਾਵੋ ਤਿਉਂ ਨਾਨਕ ਦਾ ਜਿਉਂ ਤੁਮ ਰੱਖੋ ਤਵੀ ਰਹਿਣਾ ਜੋ ਤੁਮ ਕਹੋ ਸੋਈ ਮੁਕਰ ਮੈਂ ਤਾਂ ਬੈ ਖਰੀਦ ਮੇਰੇ ਆਪਣੇ ਹੱਕ ਹੀ ਬਾਕੀ ਕੋਈ ਨਹੀਂ ਰਹਿ ਕੀ ਅਸੀਂ ਬੈ ਖਰੀਦ ਹੋਏ ਇਹਦਾ ਮਤਲਬ ਅਜੇ ਤੱਕ ਸੋਚਦੇ ਹਾਂ ਵੀ ਅੱਜ ਜਦੋਂ ਗੁਰੂ ਜੀ ਛੱਡ ਕੇ ਉਹਦੇ ਦਰ 'ਤੇ ਚਲੇ ਜਾਈਏ ਗਹਿਣੇ ਵਾਲੀ ਗੱਲ ਹੀ ਹੈ ਕਿਰਾਏ ਵਾਲੀ ਗੱਲ ਹੈ ਅਜੇ ਬਹਿ ਨਹੀਂ ਹੋਏ ਜਿਸ ਦਿਨ ਬਹਿ ਹੋ ਗਿਆ ਉਸ ਦਿਨ ਫਿਰ ਅਸੀਂ ਗੁਰੂ ਦਾ ਦਰ ਛੱਡ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਦਰ ਦਰ ਨੂੰ ਹੀ ਭਟਕਾਂਗੇ ਕੋਈ ਬਹਿ ਖਰੀਦ ਅਤੇ ਗੁਰੂ ਕਹਿੰਦੇ ਨੇ ਬਹਿ ਖਰੀਦੋ ਮੈਂ ਬੰਦਾ ਬਹਿ ਖਰੀਦ ਸੱਚ ਸਾਹਿਬ ਮੇਰਾ ਜੀਓ ਪਿੰਡ ਸਭ ਤਿਸ ਦਾ ਸਭ ਕੁਛ ਹੈ ਤੇਰਾ ਮੈਂ ਆਪਣੇ ਸਾਰੇ ਹੱਥ ਛੱਡ ਦਿੱਤੇ ਨੇ ਸੋ ਰਾਤ ਦੇ ਸ਼ਬਦ ਦਾ ਬਾਬਾ ਕਬੀਰ ਜੀ ਦੇ ਉਸ ਸਲੋਕ ਦਾ ਜਵਾਬ ਹੈ ਅੱਜ ਰਾਤ ਬਾਬਾ ਕਬੀਰ ਜੀ ਨੇ ਇਹ ਗੱਲ ਕਹੀ ਸੀ ਭਲਿਆ ਨਿਗ ਸੋਏ ਮੈਂ ਗਏ ਜਿਹਨਾਂ ਦਾ ਖਸਮ ਸਾਈਂ ਕੋਈ ਨਹੀਂ ਜਿਹੜੇ ਆਪਣਾ ਆਪ ਨਹੀਂ ਵੇਚਦੇ ਮਲਾਹ ਦੇ ਹਵਾਲੇ ਨਹੀਂ ਕਰਦੇ ਬੇੜਾ ਉਹ ਵਹਿ ਜਾਂਦੇ ਨੇ ਰੁੜ ਜਾਂਦੇ ਨੇ ਉਹਨਾਂ ਦਾ ਕੋਈ ਮਲਾਹ ਨਹੀਂ ਹੁੰਦਾ ਅਤੇ ਕਹਿਣ ਲੱਗੇ ਮਲਾਹ ਦਾ ਹੋਣਾ ਇੱਕ ਗੱਲ ਦਾ ਪ੍ਰਤੀਕ ਹੈ ਕਿ ਦੀਨ ਗਰੀਬੀ ਆਪਣੀ ਕਰਤਾ ਹੋਏ ਸੋ ਹੋਏ ਇੰਨਾ ਸਮਰਪਣ ਹੋ ਜਾ ਨਿਮਰਤਾ ਨਾਲ ਕਿ ਮੇਰੇ ਮਾਲਕ ਨੂੰ ਜੋ ਚੰਗਾ ਲੱਗੇ ਮੇਰੇ ਗੁਰੂ ਨੂੰ ਚੰਗਾ ਲੱਗੇ ਮੇਰਾ ਜੀਵਨ ਉਹੋ ਜਿਹਾ ਹੀ ਹੋਵੇ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਲਾ ਚੁੱਕਾਂ ਅੱਜ ਦੇ ਸਮਾਗਮ ਤੋਂ ਬਾਅਦ ਇੱਕ ਵਾਰ ਆਪ ਪਾਸੋਂ ਇਜਾਜ਼ਤ ਲੈਣੀ ਕੁਛ ਸਮੇਂ ਲਈ ਹਮੇਸ਼ਾ ਹੀ ਕਿਉਂਕਿ ਉੱਥੇ ਵੀ ਇਸ ਤਰ੍ਹਾਂ ਸੰਗਤਾਂ ਨਾਲ ਪਿਆਰ ਬਣੇ ਜਿਹਨਾਂ ਦੇ ਪ੍ਰੋਗਰਾਮ ਰੱਖੇ ਹੁੰਦੇ ਨੇ ਜਿਵੇਂ ਜਿੰਨੀ ਦੇਰ ਗੁਰੂ ਨੇ ਸਰੀਰ ਕੋਲੋਂ ਸੇਵਾ ਲੈਣੀ ਹੈ ਮੇਰੇ ਵੱਸ ਨਹੀਂ ਇੱਥੇ ਹੋਵੇ ਜਾਂ ਉੱਥੇ ਹੋਵੇ ਜਿੰਨੀ ਦੇਰ ਸੇਵਾ ਗੁਰੂ ਨੇ ਲੈਣੀ ਹੈ ਸਰੀਰ ਕੋਲੋਂ ਉਹਨਾਂ ਦੇ ਚੱਲੀ ਜਾਂਦਾ ਜਿਸ ਵੇਲੇ ਸੱਦਾ ਆ ਗਿਆ ਨਾ ਮੈਂ ਰੁਕ ਸਕਣ ਨਾ ਤੁਸੀਂ ਰੁਕ ਸਕੋ ਸੋ ਗੁਰੂ ਬਖਸ਼ਿਸ਼ ਕਰੇ ਜਿਸ ਤਰ੍ਹਾਂ ਸਤਿਗੁਰੂ ਸੇਵਾ ਲਾਏ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ